ਧੰਨ ਵਾਹਿਗੁਰੂ ਜੀਓ। ਮਹਲਾ ਪਹਿਲਾ। ਵਾਇਨ ਚੇਲੇ ਨਚਨ ਗੁਰ, ਪੈਰ ਹਲਾਇਨ ਫੇਰਨ ਸਿਰ, ਓਡੇ ਓਡ ਰਾਵਾ ਝਾਟੈ ਪਾਇ, ਵੇਖੈ ਲੋਕ ਹੱਸੈ ਘਰ ਜਾਇ, ਰੋਟੀਆਂ ਕਾਰਣ ਪੂਰੈ ਤਾੜ, ਆਪ ਪਛਾੜ ਹੈ ਧਰਤੀ ਨਾਲ, ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਚਨਾਮ, ਜਾ ਕਾ ਕੀਆ ਸਗਲ ਜਹਾਨ, ਸੇਵਕ ਸੇਵੈ ਕਰਮ ਚੜਾ, ਭਿੰਨੀ ਰਹਿਣ ਜਿਨਾ ਮਨ ਚਾ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਕੋਲੂ ਚਰਖਾ ਚੱਕੀ ਚੱਕ, ਥਾੜ ਵਾਰੋੜੇ ਬਹੁਤ ਅਨੰਤ, ਲਾਟੂ ਮਾਧਾਣੀਆਂ ਅਨਗਾ, ਪੰਖੀ ਪਾਉਂਦੀਆਂ ਲੈਣ ਨਾ ਸਾ, ਸੂਐ ਚਾੜ ਪਵਾਈਐ ਜੰਤ, ਨਾਨਕ ਪਾਉਂਦਿਆਂ ਗਣਤ ਨਾ ਅੰਤ, ਬੰਧਨ ਬੰਦ ਪਵਾਏ ਸੋਇ, ਪੈ ਕਿਰਤ ਨਚੈ ਸਭ ਕੋਇ, ਨਾਚ ਨਾਚ ਹੱਸੈ ਚੱਲੈ ਸੇਰੋਇ, ਉੱਡ ਨਾ ਜਾਹੀ ਸਿੱਧ ਨਾ ਹੋਇ, ਨੱਚਣ ਕੁੱਦਣ ਮਨ ਕਾ ਚਾਉ, ਨਾਨਕ ਜਿਨ ਮਨ ਭਉ ਤਿਨਾ ਮਨ ਭਾਉ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਿਵਾਜ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਗੁਰੂ ਦਰਬਾਰ ਵਿੱਚ ਸੱਜ ਬੈਠੀ ਗੁਰੂ ਸਵਾਰੀ ਸਤ ਸੰਗਤ ਜੀਓ ਵੱਡੇ ਭਾਗ ਅਕਾਲ ਪੁਰਖ ਜੀ ਨੇ ਬਖਸ਼ਿਸ਼ ਕੀਤੇ ਹਨ। ਮਾਲਕ ਨੇ ਆਪਣੀ ਸੋਹਬਤ ਵਿੱਚ ਜੁੜ ਬੈਠਣ ਦਾ ਇਹ ਉੱਤਮ ਸਮਾਂ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਗੁਰੂ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਅਤੇ ਕੀਰਤਨ ਆਪ ਜੀ ਨੇ ਬੜੇ ਅਦਬ ਪ੍ਰੇਮ ਸਹਿਤ ਸਰਵਣ ਕੀਤੇ ਹਨ। ਸਤਿਗੁਰੂ ਦੀ ਪਾਵਨ ਬਾਣੀ ਆਸਾ ਦੀ ਵਾਰ ਦੀ ਲੜੀਵਾਰ ਵਿਚਾਰ ਆਪਾਂ ਰੋਜ਼ਾਨਾ ਦੇ ਦੀਵਾਨਾਂ ਵਿੱਚ ਕਰਨ ਦਾ ਯਤਨ ਕਰ ਰਹੇ ਹਾਂ। ਸੋ ਪੰਜਵੀਂ ਪੌੜੀ ਦੇ ਨਾਲ ਸੰਬੰਧਿਤ ਦੂਸਰੇ ਸਲੋਕ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ। ਪੰਜਵੀਂ ਪੌੜੀ ਨਾਲ ਕੁੱਲ ਦੋ ਸਲੋਕ ਅੰਕਿਤ ਹਨ। ਪਹਿਲਾ ਸਲੋਕ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰ ਚੁੱਕੇ ਹਾਂ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਮੇਸ਼ਰ ਦਾ ਜੋ ਇਹ ਵੱਡ ਆਕਾਰੀ ਥਾਟ ਹੈ, ਨਾਟਸ਼ਾਲਾ ਚੱਲ ਰਹੀ ਹੈ, ਕੁਦਰਤ ਦੀ ਹਰ ਮਾਲਕ ਦੀ ਸਿਰਜੀ ਹੋਈ ਸ਼ੈ ਆਪਣੇ ਸੁਭਾਅ, ਆਪਣੀ ਦਿੱਤੀ ਹੋਈ ਜ਼ਿੰਮੇਵਾਰੀ ਅਤੇ ਡਿਊਟੀ ਦੇ ਮੁਤਾਬਕ ਕਾਰਜ ਕਰ ਰਹੀ ਹੈ। ਪਾਤਸ਼ਾਹ ਨੇ ਕਿਹਾ, ਤੁਸੀਂ ਅਵਤਾਰਾਂ ਦੇ ਨਾਮ ਉੱਤੇ ਨਾਟਕ ਛੇਟਕ ਕਰਕੇ, ਸਾਂਗ ਉਤਾਰ ਕੇ, ਨਕਲਾਂ ਲਾ ਕੇ ਇਸ ਨੂੰ ਧਰਮ ਕਮਾਉਣਾ ਸਮਝਦੇ ਹੋ, ਪਰ ਅਜਿਹਾ ਕਰਨ ਵਾਲੇ ਅਤੇ ਵੇਖਣ ਵਾਲਿਆਂ ਦੇ ਜੀਵਨ ਵਿੱਚ ਧਰਮ ਦੀ ਕੋਈ ਕਣੀ ਵੀ ਨਹੀਂ ਵੱਸਦੀ। ਉਹਨਾਂ ਦੇ ਮਨ, ਮਸਤਕ ਔਰ ਸੁਰਤ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ। ਇਹ ਚੀਜ਼ਾਂ ਮਹਿਜ਼ ਇੱਕ ਵਿਖਾਵਾ, ਮਨੋਰੰਜਨ ਬਣ ਕੇ ਰਹਿ ਗਈਆਂ ਹਨ। ਇਹ ਤਾਂ ਕੇਵਲ ਮਨ ਕੇ ਚਾਓ ਹਨ, ਮਨ ਦੇ ਸ਼ੁਗਲ ਹਨ। ਜੇ ਤੁਸੀਂ ਸੱਚਮੁੱਚ ਹੀ ਆਪਣੇ ਮਨ ਔਰ ਸੁਰਤ ਕਰਕੇ ਪਰਿਵਰਤਿਤ ਹੋਣਾ ਚਾਹੁੰਦੇ ਹੋ, ਤਬਦੀਲ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਰੱਬੀ ਗੁਣਾਂ ਨੂੰ ਆਪਣੀ ਸੁਰਤ ਵਿੱਚ ਟਿਕਾਉਣਾ ਪਵੇਗਾ। ਔਰ ਜਿਨ੍ਹਾਂ ਰੱਬੀ ਗੁਣਾਂ ਨੂੰ ਅਸੀਂ ਸੁਰਤ ਵਿੱਚ ਟਿਕਾਉਣਾ ਹੈ, ਜਿਸ ਪਰਮੇਸ਼ਰ ਦੀ ਅਸੀਂ ਇਬਾਦਤ ਕਰਨੀ ਹੈ, ਸਾਨੂੰ ਉਹਦੇ ਵਡੇਰੇਪਨ ਦੀ ਸਮਝ ਹੋਣੀ ਬੜੀ ਲਾਜ਼ਮ ਹੈ। ਉਹ ਪਰਮੇਸ਼ਰ ਵਾਹਿਗੁਰੂ ਕੁੱਲ ਕਾਇਨਾਤ ਦਾ ਸਿਰਜਕ ਹੈ। ਕੁਦਰਤ ਦੀ ਹਰ ਸ਼ੈ ਉਹਦੇ ਭੈ ਵਿੱਚ ਹੈ, ਉਹਦੇ ਹੁਕਮ ਵਿੱਚ ਹੈ, ਉਹਦੀ ਆਗਿਆ ਵਿੱਚ ਹੈ। ਸਾਨੂੰ ਵੀ ਉਸ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਦੀ ਪਛਾਣ ਕੀਤੇ ਬਿਨਾਂ ਧਰਮ ਦੇ ਮਾਰਗ ਉੱਤੇ ਅਸੀਂ ਚੱਲ ਨਹੀਂ ਸਕਾਂਗੇ। ਸੋ ਆਓ ਉਸ ਵੱਡੇ ਪਰਮੇਸ਼ਰ ਵਾਹਿਗੁਰੂ ਦੀ ਕੁਦਰਤ ਨੂੰ ਗੌਹ ਨਾਲ ਤਕੀਏ। ਉਸ ਪਰਮੇਸ਼ਰ ਵਾਹਿਗੁਰੂ ਦੀ ਸਿਰਜੀ ਹੋਈ ਕੁਦਰਤ ਕਿਵੇਂ ਕਿਰਿਆ ਕਰ ਰਹੀ ਹੈ, ਇੱਕ ਵੱਡੇ ਨਾਟ ਨੂੰ ਵੇਖੀਏ, ਇੱਕ ਵੱਡੇ ਸਾਂਗ ਨੂੰ ਤਕੀਏ, ਇੱਕ ਵੱਡੇ ਪਸਾਰੇ ਨੂੰ ਵੇਖੀਏ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ,
ਵਰਤਨ ਸਰਬ ਜੰਜਾਲ ਨਾਨਕ ਮੋਸੈ ਗਿਆਨ ਵੀ ਹੋਣੀ ਖਾਏ ਗਿਆ ਜਮਕਾਲ। ਸਤਿਗੁਰੂ ਕਹਿੰਦੇ ਪਰ ਅਸੀਂ ਪਰਮੇਸ਼ਰ ਦੇ ਉਸ ਵੱਡੇ ਨਾਟ ਨੂੰ ਵੇਖ ਕੇ ਮਹਿਸੂਸ ਕਰਕੇ ਪਰਮੇਸ਼ਰ ਦੀ ਵਡਿਆਈ ਵਿੱਚ ਜੁੜਨ ਦੀ ਬਜਾਏ ਅਸੀਂ ਆ ਨਕਲਾਂ ਅਤੇ ਸਾਂਗਾਂ ਦੇ ਚੱਕਰਾਂ ਵਿੱਚ ਉਲਝੇ ਹੋਏ ਹਾਂ। ਇਹ ਸਾਰੀਆਂ ਚੀਜ਼ਾਂ ਤੋਸ਼ ਹਨ, ਮਨੋਰੰਜਨ ਮਾਤਰ ਹਨ, ਮਨ ਦੇ ਸ਼ੁਗਲ ਮਾਤਰ ਹਨ। ਸਤਿਗੁਰੂ ਫਿਰ ਇਸ ਦੀ ਵਿਆਖਿਆ ਕਰਦੇ ਨੇ ਇਸ ਸਲੋਕ ਵਿੱਚ। ਹਜ਼ੂਰ ਕਹਿੰਦੇ ਵਾਇਨ ਚੇਲੇ ਨੱਚਣ ਗੁਰ, ਪੈਰ ਹਿਲਾਏ ਨ ਫੇਰਨ ਸਿਰ। ਹੁਣ ਜਿਹੜੀ ਇੱਥੇ ਨਾਟਸ਼ਾਲਾ ਚੱਲਦੀ ਹੈ, ਰਾਜਧਾਰੀਏ ਆਉਂਦੇ ਨੇ, ਉਹਨਾਂ ਦੇ ਕਰਿੰਦੇ ਸਾਜ਼ ਵਜਾਉਂਦੇ ਨੇ, ਅਤੇ ਜਿਹੜੇ ਆਪ ਉਸ ਨਾਟਸ਼ਾਲਾ ਦੇ ਉਹ ਨਕਲਾਂ ਕਰਨ ਵਾਲੇ ਉਹ ਰਾਜਧਾਰੀਏ ਜਿਹੜੇ ਉਹਨਾਂ ਵਿੱਚੋਂ ਆਗੂ ਲੋਕ ਹੁੰਦੇ ਨੇ ਉਹ ਨੱਚਦੇ ਨੇ, ਅਵਤਾਰ ਬਣ ਕੇ ਉਹ ਨੱਚ ਰਹੇ ਨੇ। ਜਿਨ੍ਹਾਂ ਨੂੰ ਵੱਡੇ ਕਿਹਾ ਜਾਂਦਾ ਉਹ ਨੱਚ ਰਹੇ ਨੇ ਅਤੇ ਦੂਜੇ ਸਾਜ਼ ਵਜਾ ਰਹੇ ਨੇ, ਸਧਾਰਨ ਬੰਦੇ ਜਿਨ੍ਹਾਂ ਨੂੰ ਕੋਈ ਨਹੀਂ ਜਾਣ, ਜਿਨ੍ਹਾਂ ਦਾ ਕੋਈ ਖਾਸ ਪਾਤਰ ਨਹੀਂ ਮਿੱਥਿਆ ਗਿਆ, ਉਹ ਸਾਜ਼ ਵਜਾ ਰਹੇ ਨੇ। ਅਤੇ ਦੇਵੀ ਦੇਵਤੇ ਬਣ ਕੇ ਜਿਹੜੇ ਮੋਢੀ ਬਣੇ ਹੋਏ ਨੇ ਉਹ ਨੱਚ ਰਹੇ ਨੇ। ਵਾਇਨ ਚੇਲੇ ਨੱਚਣ ਗੁਰ, ਪੈਰ ਹਿਲਾਏ ਨੇ ਫੇਰਨ ਸਿਰ। ਉਹ ਪੈਰ ਹਿਲਾਉਂਦੇ ਨੇ ਤਾਲਾਂ ਦੇ ਉੱਤੇ, ਸਿਰ ਫੇਰਦੇ ਨੇ, ਸਿਰ ਝੂਮ ਉੱਠਦਾ ਹੈ। ਫਿਰ ਕੀ ਹੁੰਦਾ ਮਹਾਰਾਜ? ਕਹਿੰਦੇ ਉੱਡ ਉੱਡ ਰਾਵਾ ਝੱਟ ਹੈ ਪਾਏ। ਰਾਵਾ ਦਾ ਅਰਥ ਹੈ ਮਿੱਟੀ। ਜਦੋਂ ਪੈਰ ਹਿਲਾਉਂਦੇ ਨੇ ਉਦੋਂ ਗਲੀਆਂ ਵਿੱਚ ਆ ਕੇ ਰਾਸਧਾਰੀਏ ਰਾਸ ਪਾਉਂਦੇ ਸਨ, ਪੈਰਾਂ ਨਾਲ ਮਿੱਟੀ ਉੱਡਦੀ ਹੈ, ਸਿਰ ਵਿੱਚ ਪੈਂਦੀ ਹੈ, ਕੇਸਾਂ ਵਿੱਚ ਪੈਂਦੀ ਹੈ, ਵਾਲਾਂ 'ਚ ਪੈਂਦੀ ਹੈ। ਵੇਖਣ ਵਾਲੇ ਜਿਹੜੇ ਆਲੇ ਦੁਆਲੇ ਖੜ੍ਹੇ ਲੋਕ ਨੇ ਉਹ ਮਹਿਜ਼ ਮਨੋਰੰਜਨ ਦੀ ਬਿਰਤੀ ਤੋਂ ਵੇਖ ਰਹੇ ਨੇ। ਕੋਈ ਉੱਥੇ ਭਗਤੀ ਕਰਨ ਥੋੜ੍ਹੀ ਆਇਆ, ਕੋਈ ਉੱਥੇ ਆਪਣੇ ਔਗਣ ਛੱਡ ਕੇ ਗੁਣ ਗ੍ਰਹਿਣ ਕਰਨ ਥੋੜ੍ਹੀ ਆਇਆ, ਕੋਈ ਉੱਥੇ ਅਧਿਆਤਮ ਦੀ ਸਮਝ ਲੈਣ ਵਾਸਤੇ ਥੋੜ੍ਹੀ ਆਇਆ। ਉਹ ਤਾਂ ਵੇਖਣ ਵਾਸਤੇ ਆਏ ਨੇ ਵੀ ਚਲੋ ਮਨੋਰੰਜਨ ਕਰਦੇ, ਵੇਹਨੇ ਹਾਂ ਕੀ ਹੁੰਦਾ। ਉਹ ਫਿਰ ਜਦੋਂ ਉਹਨਾਂ ਨੂੰ ਨੱਚਦਿਆਂ ਵੇਖਦੇ ਨੇ, ਉਹਨਾਂ ਦੇ ਅਜਬ ਅਜਬ ਨਾਚ ਵੇਖ ਕੇ, ਪੈਰ ਹਿਲਾਉਂਦਿਆਂ, ਸਿਰ ਫੇਰਦਿਆਂ ਅਤੇ ਮਿੱਟੀ ਉੱਡ ਉੱਡ ਕੇ ਕੇਸਾਂ 'ਚ ਪੈਂਦੀ, ਉਹ ਲੋਕ ਵੀ ਮਨੋਰੰਜਨ ਲਈ ਆਏ ਨੇ। ਉਹ ਵੇਖੇ ਲੋਕ ਵੇਹਦੇ ਨੇ, ਹੱਸੇ, ਉਹਨਾਂ ਦਾ ਮਨੋਰੰਜਨ ਵੇਖ ਕੇ ਖੁਸ਼ ਹੁੰਦੇ, ਤਾੜੀਆਂ ਮਾਰਦੇ, ਹੱਸਦੇ, ਘਰ ਜਾਏ ਅਤੇ ਮਨੋਰੰਜਨ ਕਰਕੇ ਘਰੋਂ ਤੁਰ ਜਾਂਦੇ। ਪਾਤਸ਼ਾਹ ਕਹਿੰਦੇ ਰੋਟੀਆਂ ਕਾਰਨ ਪੂਰੇ ਤਾਲ, ਇਹ ਭਗਤੀ ਨਹੀਂ ਹੈ। ਨੱਚਿਆ ਟੱਪਿਆ ਭਗਤ ਨਾ ਹੋਏ, ਇਹ ਤਾਂ ਉਹ ਵਿਚਾਰੇ ਆਪਣਾ ਰੁਜ਼ਗਾਰ ਕਰਨ ਖਾਤਰ ਰਾਸਧਾਰੀਏ ਰਾਸਾਂ ਪਾਉਂਦੇ ਨੇ, ਉਸ ਜਗ੍ਹਾ ਦੇ ਉੱਤੇ ਉਹ ਆਏ ਨੇ, ਉੱਥੇ ਆ ਕੇ ਉਹਨਾਂ ਨੇ ਨਾਟਕ ਸਾਂਗ ਨਕਲਾਂ ਕਰਨੀਆਂ ਨੇ, ਇਹ ਉਹਨਾਂ ਦੀ ਕਿਰਤ ਹੈ, ਉਹਨਾਂ ਦਾ ਰੁਜ਼ਗਾਰ ਹੈ। ਉਹ ਤਾਲ ਪੂਰਦੇ ਹਨ, ਆਪ ਪਛਾੜੇ ਧਰਤੀ ਨਾਲ, ਬਾਰ ਬਾਰ ਉਹ ਆਪਣੇ ਆਪ ਨੂੰ ਧਰਤੀ ਦੇ ਉੱਤੇ ਮਾਰਦੇ ਨੇ, ਛਾਲਾਂ ਮਾਰ ਮਾਰ ਕੇ ਫਿਰ ਥਾਂ ਨੂੰ ਡਿੱਗਦੇ ਨੇ। ਸਤਿਗੁਰੂ ਕਹਿੰਦੇ ਗਾਵਨ ਗੋਪੀਆਂ ਗਾਵਨ ਕਾਨ, ਉਹ ਜਿੰਨੇ ਵੀ ਆਏ ਨੇ ਰਾਸਧਾਰੀਏ, ਕੋਈ ਉਹਨਾਂ ਵਿੱਚੋਂ ਗੋਪੀਆਂ ਬਣ ਕੇ ਗਾ ਰਿਹਾ ਹੈ, ਕੋਈ ਉਹਨਾਂ ਵਿੱਚੋਂ ਕਾਨ ਕ੍ਰਿਸ਼ਨ ਬਣ ਕੇ ਗਾ ਰਿਹਾ ਹੈ, ਗਾਵਨ ਸੀਤਾ ਕੋਈ ਸੀਤਾ ਬਣ ਕੇ ਗਾ ਰਿਹਾ ਹੈ, ਰਾਜੇ
ਕੋਈ ਹੋਰ ਕਿਸੇ ਰਾਜੇ ਦਾ ਸਾਂ, ਕੋਈ ਦਸ਼ਰਥ ਬਣ ਗਿਆ, ਕੋਈ ਕੁਝ ਬਣ ਗਿਆ, ਰਾਮ ਕੋਈ ਰਾਮ ਜੀ ਦਾ ਰੂਪ ਬਣਾ ਕੇ ਉੱਥੇ ਨਕਲ ਉਤਾਰ ਕੇ ਸਾਂਗ ਉਤਾਰ ਕੇ ਗਾ ਰਿਹਾ ਅਤੇ ਉਸ ਤਰ੍ਹਾਂ ਦੇ ਹਾਵ ਭਾਵ ਵਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਮਹਾਰਾਜ ਕਹਿੰਦੇ ਨੇ ਦਰਅਸਲ ਲੋਕ ਤਾਂ ਇਹਨਾਂ ਨਕਲਾਂ ਨੂੰ ਵੇਖ ਕੇ ਜਾਂ ਨਕਲਾਂ ਨੂੰ ਕਰਕੇ ਹੀ ਇਹ ਸਮਝੀ ਬੈਠੇ ਹਨ ਕਿ ਅਸੀਂ ਉਸ ਪਰਮੇਸ਼ਰ ਦੀ ਬੰਦਗੀ, ਭਗਤੀ, ਉਪਾਸ਼ਨਾ, ਇਬਾਦਤ, ਪੂਜਾ ਕਰ ਰਹੇ ਹਾਂ, ਜਾਂ ਸਾਡਾ ਇਹ ਵੇਖਣਾ ਜਾਂ ਸਾਡਾ ਇਹ ਸੁਣਨਾ ਧਰਮ ਹੈ। ਪਰ ਜੀਵ ਉਸ ਪਰਮੇਸ਼ਰ ਨੂੰ ਪਛਾਣ ਨਹੀਂ ਰਹੇ ਜੋ ਉਹਨਾਂ ਦੇ ਹਿਰਦੇ ਵਿੱਚ ਵਸਿਆ ਹੋਇਆ ਹੈ ਅਤੇ ਇਹੋ ਜਿਹੇ ਬਾਹਰੀ ਕਰਮ ਕਾਂਡਾਂ ਵਿੱਚ ਫਸੇ ਹੋਏ ਹਨ, ਕਰਦੇ ਆਪਣਾ ਮਨੋਰੰਜਨ ਹਨ, ਸ਼ੁਗਲ ਹਨ, ਕਹਿੰਦੇ ਉਹਨੂੰ ਧਰਮ ਹਨ। ਦੂਜੀ ਗੱਲ, ਉਹ ਆਪਣੇ ਰਹਿਬਰਾਂ ਦੀ ਬੇਅਦਬੀ ਵੀ ਕਰਦੇ ਨੇ, ਉਹਨਾਂ ਦੀ ਸ਼ਾਨ ਵਿਰੁੱਧ ਵੀ ਕਬੂਲ ਬੋਲ ਰਹੇ ਨੇ, ਉਹਨਾਂ ਦੀਆਂ ਨਕਲਾਂ ਉਤਾਰ ਕੇ ਗੁਸਤਾਖੀ ਕਰ ਰਹੇ ਨੇ, ਇਹ ਵੀ ਇੱਕ ਪੱਖ ਹੈ। ਹੁਣ ਮਹਾਰਾਜ ਫਿਰ ਆਪਣਾ ਪੱਖ ਬਿਆਨ ਕਰਦੇ। ਹਜ਼ੂਰ ਕਹਿੰਦੇ ਨਿਰਭਉ ਨਿਰੰਕਾਰ ਸੱਚ ਨਾਮ। ਨਿਰਭਉ ਦਾ ਅਰਥ ਹੈ ਜਿਸ ਨੂੰ ਭੈ ਨਹੀਂ ਕਿਸੇ ਦਾ, ਡਰ ਨਹੀਂ ਕਿਸੇ ਦਾ। ਨਿਰੰਕਾਰ ਜੋ ਆਕਾਰ ਤੋਂ ਰਹਿਤ ਹੈ, ਨਿਰਗੁਣ ਸਰੂਪ ਹੈ, ਜੋਤ ਰੂਪ ਹੈ। ਸੱਚ ਜੋ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਦੀ ਹੋਂਦ, ਨਾਮ ਦਾ ਅਰਥ ਹੈ ਹੋਂਦ, ਜਿਸ ਦੀ ਹੋਂਦ ਸਦਾ ਕਾਇਮ ਹੈ, ਸਦਾ ਹੀ ਰਹਿਣ ਵਾਲੀ ਹੈ, ਜੋ ਭੈ ਤੋਂ ਰਹਿਤ, ਆਕਾਰ ਤੋਂ ਰਹਿਤ, ਨਿਰਗੁਣ ਸਰੂਪ, ਜੋਤ ਰੂਪ ਹੈ। ਜਾ ਕਾ ਕੀਆ ਸਗਲ ਜਹਾਨ, ਜਿਸ ਦਾ ਪੈਦਾ ਕੀਤਾ ਹੋਇਆ ਹੈ ਇਹ ਸਾਰਾ ਜਗਤ, ਸਾਰੀ ਦੁਨੀਆ, ਕੁੱਲ ਕਾਇਨਾਤ, ਜਿਸਨੇ ਸਿਰਜੀ, ਬਣਾਈ, ਚਲਾਈ, ਜੋ ਇਹਦੇ ਵਿੱਚ ਵਿਦਮਾਨ ਹੈ। ਸੇਵਕ ਸੇਵੈ ਕਰਮ ਚੜਾਓ, ਜਿਹੜੇ ਪਰਮੇਸ਼ਰ ਦੇ ਸੇਵਕ ਹਨ ਉਹ ਤਾਂ ਉਸ ਨਿਰਭਉ ਨੂੰ, ਨਿਰੰਕਾਰ ਨੂੰ, ਸਦਾ ਕਾਇਮ ਰਹਿਣ ਵਾਲੇ ਨੂੰ, ਸਿਰਜਕ ਸਿਰਜਣਹਾਰ ਪਰਮੇਸ਼ਰ ਨੂੰ ਸਿਮਰਦੇ ਨੇ, ਉਹ ਬਾਹਰ ਦੇ ਕਰਮ ਕਾਂਡਾਂ ਵਿੱਚ ਨਹੀਂ ਫਸਦੇ, ਉਸ ਪਰਮੇਸ਼ਰ ਦੀ ਯਾਦ ਵਿੱਚ ਜੁੜਦੇ ਨੇ, ਉਸ ਦੀ ਉਪਾਸ਼ਨਾ ਕਰਦੇ ਨੇ, ਉਹਦੇ ਗੁਣਾਂ ਦਾ ਮਨਨ ਕਰਦੇ ਨੇ, ਉਸ ਰੱਬੀ ਹੁਕਮ ਅਨੁਸਾਰ ਜੀਂਦੇ ਨੇ, ਉਹ ਪਰਮੇਸ਼ਰ ਦੀ ਬੰਦਗੀ ਵੱਲ ਧਿਆਨ ਕਰਦੇ ਹਨ। ਸੇਵਕ ਸੇਵੈ ਕਰਮ ਚੜਾਓ, ਅਤੇ ਵਾਹਿਗੁਰੂ ਦੀ ਬਖਸ਼ਿਸ਼ ਨਾਲ ਉਹ ਸਦਾ ਉਤਸ਼ਾਹ ਵਿੱਚ ਔਰ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਉਹ ਦੁਨੀਆ ਦੇ ਸਾਂਗ ਨਕਲਾਂ ਵੇਖ ਕੇ ਫੋਕੇ, ਹਾਸੇ ਹੱਸ ਕੇ ਸ਼ੁਗਲ ਨਹੀਂ ਕਰਵਾਉਂਦੇ, ਉਹਨਾਂ ਦੇ ਅੰਦਰ ਸਦਾ ਹੀ ਪ੍ਰਸੰਨਤਾ ਹੈ, ਸਦਾ ਹੀ ਖੁਸ਼ੀ ਹੈ, ਕਿਉਂਕਿ ਉਹ ਪਰਮੇਸ਼ਰ ਦੇ ਵੱਡੇ ਸਾਂਗ ਨੂੰ ਹਰ ਵੇਲੇ ਹੀ ਮਹਿਸੂਸ ਕਰਦੇ ਨੇ। ਉਹ ਜੀਵਨ ਦੇ ਉਤਰਾਵਾਂ ਚੜ੍ਹਾਵਾਂ ਵਿੱਚ ਸਦਾ ਹੀ ਖਿੜੇ ਰਹਿੰਦੇ ਹਨ, ਉਤਸ਼ਾਹ ਵਿੱਚ ਰਹਿੰਦੇ ਹਨ, ਪ੍ਰਸੰਨ ਚਿੱਤ ਰਹਿੰਦੇ ਹਨ। ਭਿੰਨੀ ਰਹਿਣ ਜਿਨ੍ਹਾਂ ਮਨ ਚਾਹੋ, ਇਹ ਜ਼ਿੰਦਗੀ ਰੂਪੀ ਰਾਤ ਉਹਨਾਂ ਦੀ ਬੜੀ ਸਵਾਦਲੀ ਗੁਜ਼ਰਦੀ ਹੈ, ਭਾਵ ਜੀਵਨ ਦਾ ਇਹ ਸਮਾਂ ਬੜਾ ਆਨੰਦਿਤ, ਚੜ੍ਹਦੀ ਕਲਾ ਵਿੱਚ, ਉਤਸ਼ਾਹ ਵਿੱਚ, ਆਤਮਕ ਹੁਲਾਰਿਆਂ ਵਿੱਚ ਗੁਜ਼ਰਦਾ ਹੈ, ਕਿਉਂਕਿ ਉਹਨਾਂ ਦੇ ਮਨ ਵਿੱਚ ਸਦਾ ਹੀ ਪਰਮੇਸ਼ਰ ਦੀ ਬੰਦਗੀ ਦਾ ਉਤਸ਼ਾਹ ਹੈ ਔਰ ਉਹ ਪਰਮੇਸ਼ਰ ਦੇ ਹੁਕਮ ਨੂੰ ਵਾਪਰਦਿਆਂ ਪਲ ਪਲ ਮਹਿਸੂਸ ਕਰਦੇ ਨੇ। ਉਹ ਕੁੱਲ ਕਾਇਨਾਤ ਦੇ ਸਾਂਗ ਨੂੰ, ਨਾਟ ਨੂੰ, ਪਰਮੇਸ਼ਰ ਦੀ ਅਦੁੱਤੀ ਖੇਡ ਨੂੰ ਮਹਿਸੂਸ ਕਰਦੇ ਔਰ ਸਦਾ ਹੀ ਪ੍ਰਸੰਨ ਰਹਿੰਦੇ ਨੇ। ਜਿਵੇਂ ਆਪਾਂ ਜਗਤ ਦਾ ਕੋਈ ਨਾਟਕ ਵੇਖਦੇ ਹਾਂ, ਡਰਾਮਾ ਵੇਖਦੇ ਹਾਂ, ਅਤੇ ਉਹਦੇ ਵਿੱਚ ਆਪਾਂ ਵੱਖ ਵੱਖ ਰੋਲ ਪਾਤਰ ਜਿਹੜੇ ਹਨ ਉਹਨਾਂ ਨੂੰ ਤੱਕਦੇ ਹਾਂ,
ਉਹਨਾਂ ਦਾ ਪ੍ਰਭਾਵ ਗ੍ਰਹਿਣ ਕਰਦੇ ਹਾਂ। ਕੋਈ ਹਾਸੇ ਵਾਲੀ, ਮਜ਼ਾਕ ਵਾਲੀ, ਵਿਅੰਗ ਵਾਲੀ ਗੱਲ ਹੋਵੇ ਤਾਂ ਆਪਾਂ ਉਸ ਉੱਤੇ ਹੱਸਦੇ ਹਾਂ, ਪਰ ਉਹ ਖੁਸ਼ੀ ਸਾਡੀ ਕੇਵਲ ਉਸ ਵਕਤ ਨਾਲ ਜੁੜੀ ਹੁੰਦੀ ਹੈ ਜਦੋਂ ਅਸੀਂ ਉਹ ਚੀਜ਼ਾਂ ਨੂੰ ਵੇਖ ਰਹੇ ਹੁੰਦੇ ਹਾਂ। ਬਾਅਦ ਵਿੱਚ ਅਸੀਂ ਜਦੋਂ ਜੀਵਨ ਦੀਆਂ ਮੁਸ਼ਕਲਾਂ ਨਾਲ ਦੋ ਚਾਰ ਹੁੰਦੇ ਹਾਂ ਤਾਂ ਉਹ ਚੀਜ਼ਾਂ ਸਾਨੂੰ ਭੁੱਲ ਭੁਲਾ ਜਾਂਦੀਆਂ ਨੇ। ਉਹ ਜਿਹੜਾ ਅਸੀਂ ਰਿਲੈਕਸ ਫੀਲ ਕਰਦੇ ਹਾਂ ਉਹ ਓਨਾ ਕੁ ਚਿਰ ਹੈ ਜਿੰਨਾ ਕੁ ਚਿਰ ਅਸੀਂ ਉੱਥੇ ਬੈਠੇ ਹੋਏ ਹਾਂ। ਇਸ ਵਾਸਤੇ ਜਿਹੜੇ ਪਰਮੇਸ਼ਰ ਦੇ ਸੇਵਕ ਨੇ ਉਹ ਜ਼ਿੰਦਗੀ ਦੇ ਹਰ ਪਹਿਲੂ ਵਿੱਚ, ਜੀਵਨ ਵਿੱਚ ਉਤਰਾਅ ਵੀ ਆਉਂਦੇ ਨੇ, ਚੜ੍ਹਾਅ ਵੀ ਆਉਂਦੇ ਨੇ, ਦੁੱਖ ਵੀ ਹੈ, ਸੁੱਖ ਵੀ ਹੈ, ਘਾਟਾ ਵੀ ਹੈ, ਵਾਧਾ ਵੀ ਹੈ, ਹਰ ਪਲ ਹਰ ਘੜੀ ਜ਼ਿੰਦਗੀ ਕਰਵਟ ਲੈਂਦੀ ਹੈ। ਸਮਾਂ, ਸਥਾਨ, ਮਾਹੌਲ, ਹਰ ਚੀਜ਼ ਬਦਲਦੀ ਰਹਿੰਦੀ ਹੈ। ਉਹ ਹਰ ਪਲ ਦੇ ਵਿੱਚ ਹੀ ਜਦੋਂ ਪਰਮੇਸ਼ਰ ਦੇ ਵੱਡੇ ਨਾਟ ਨੂੰ ਤੱਕਦੇ ਨੇ, ਵਾਹਿਗੁਰੂ ਦੀ ਅਦੁੱਤੀ ਖੇਡ ਨੂੰ ਵੇਖ ਵੇਖ ਕੇ ਉਹ ਪ੍ਰਸੰਨ ਚੇਤ ਹੁੰਦੇ ਨੇ। ਉਹਨਾਂ ਅੰਦਰ ਸਦਾ ਉਤਸ਼ਾਹ ਬਣਿਆ ਰਹਿੰਦਾ, ਉਹ ਅੰਦਰੋਂ ਆਨੰਦਿਤ ਰਹਿੰਦੇ ਨੇ। ਸਿੱਖੀ ਸਿੱਖਿਆ ਗੁਰ ਵਿਚਾਰ, ਕਿਉਂਕਿ ਉਹਨਾਂ ਨੇ ਗੁਰੂ ਦੇ ਉਪਦੇਸ਼ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ ਹੈ, ਉਸ ਨੂੰ ਧਾਰਨ ਕੀਤਾ ਹੈ, ਗੁਰੂ ਦੇ ਵਿਚਾਰ ਥੌਟ ਨੂੰ, ਗੁਰੂ ਦੇ ਉਪਦੇਸ਼ ਨੂੰ ਕਮਾਇਆ ਹੈ, ਗੁਰੂ ਦੇ ਬਚਨ ਪਾਲੇ ਹਨ, ਸਤਿਗੁਰੂ ਦੀ ਮੱਤ ਲਈ ਹੈ। ਨਦਰੀ ਕਰਮ ਲੰਘਾਏ ਪਾਰ, ਪਰਮੇਸ਼ਰ ਉਹਨਾਂ ਨੂੰ ਗੁਰੂ ਦੀ ਸਿੱਖਿਆ ਕਮਾਉਣ ਵਾਲਿਆਂ ਨੂੰ ਆਪਣੀ ਨਦਰ ਨਾਲ, ਆਪਣੀ ਬਖਸ਼ਿਸ਼ ਨਾਲ ਸੰਸਾਰ ਭਵਜਲ ਤੋਂ ਪਾਰ ਕਰ ਦਿੰਦਾ, ਵਿਸ਼ਿਆਂ ਵਿਕਾਰਾਂ ਤੋਂ, ਸੋਗ ਹਰਖ ਤੋਂ ਉੱਪਰਲੀ ਜ਼ਿੰਦਗੀ ਬਖਸ਼ਦਾ, ਇਹਨਾਂ ਵਿੱਚ ਉਲਝਣ ਅਤੇ ਖਪਣ ਨਹੀਂ ਦਿੰਦਾ। ਪਰ ਜਿਹੜੇ ਲੋਕ ਰਾਸਧਾਰੀਏ ਹਨ, ਜਿਹੜੇ ਆਹ ਜੀਵਨ ਨੂੰ ਛੱਡ ਕੇ, ਜਿਹਦੀ ਹੁਣ ਸਤਿਗੁਰੂ ਨੇ ਜ਼ਿਕਰ ਕੀਤਾ, ਬਾਹਰ ਦੇ ਸਾਂਗ ਨਾਟ ਨਕਲਾਂ ਇਹਨਾਂ 'ਚ ਉਲਝੇ ਹੋਏ ਨੇ, ਕਿਉਂਕਿ ਉਹ ਰਾਜਧਾਰੀ ਆਉਂਦੇ ਸਨ, ਇੱਕ ਘੇਰਾ ਘੱਤ ਲੈਂਦੇ ਸਨ ਅਤੇ ਉੱਥੇ ਉੱਥੇ ਘੁੰਮ ਘੁਮਾ ਕੇ ਉਹ ਉੱਥੇ ਨੱਚਦੇ ਗਾਉਂਦੇ, ਫਿਰ ਉਹਨਾਂ ਨੇ ਚੱਕਰ ਕੱਟਣਾ ਸਾਰੇ ਅਖਾੜੇ ਦਾ, ਫਿਰ ਉਹਨਾਂ ਨੇ ਆਪਣੇ ਜੋ ਉਹਨਾਂ ਦੇ ਬਚਨ ਉਹ ਬੋਲਣੇ, ਕਿਸੇ ਨੇ ਨੱਚਣਾ, ਕਿਸੇ ਨੇ ਗਾਉਣਾ, ਕਿਸੇ ਨੇ ਨਕਲੀ ਲੜਾਈ ਲੜਨੀ, ਉਹ ਸਾਰਾ ਕੁਝ ਕਰਦੇ ਸਨ। ਉਹ ਇੱਕ ਗੋਲ ਚੱਕਰ ਬਣਾ ਕੇ ਕਿਸੇ ਚੌਂਕ ਵਿੱਚ, ਚੁਰਾਹੇ ਵਿੱਚ, ਗਲੀ ਬਾਜ਼ਾਰ ਵਿੱਚ ਇਸ ਤਰ੍ਹਾਂ ਦੀਆਂ ਰਾਸਾਂ ਪਾਉਂਦੇ ਸਨ। ਮਹਾਰਾਜ ਉਹਨਾਂ ਨੂੰ ਕਹਿੰਦੇ ਨੇ, ਇਸ ਤਰ੍ਹਾਂ ਘੁੰਮਣਾ, ਇਸ ਤਰ੍ਹਾਂ ਉੱਛਲਣਾ ਕੁੱਦਣਾ, ਇਹ ਤੁਹਾਡੇ ਮਨ ਦਾ ਸ਼ੁਗਲ ਹੋ ਸਕਦਾ, ਇਹਨੂੰ ਭਗਤੀ ਨਾ ਆਖੋ, ਇਹਨੂੰ ਭਗਤੀ ਨਾ ਆਖੋ। ਸਤਿਗੁਰੂ ਨੇ ਫਰਮਾਇਆ, ਜੇ ਇਵੇਂ ਘੁੰਮਣਾ, ਇਵੇਂ ਭਾਉਣਾ ਇਹੀ ਧਰਮ ਹੈ, ਅਤੇ ਕੁਦਰਤ ਵਿੱਚ ਹਰ ਚੀਜ਼ ਹੀ ਘੁੰਮ ਅਤੇ ਭਾਉ ਰਹੀ ਹੈ, ਫਿਰ ਤਾਂ ਉਹ ਵੀ ਧਰਮ ਕਮਾ ਰਹੀ ਹੈ। ਸਤਿਗੁਰੂ ਨੇ ਕਿਹਾ, ਕੋਲੂ ਚਰਖਾ ਚੱਕੀ ਚੱਕ ਥਾਲਵਾ ਰੋਲੇ ਬਹੁਤ ਅਨੰਤ। ਕੋਲੂ ਜਿਹੜਾ ਪੁਰਾਣੇ ਸਮੇਂ ਵਿੱਚ ਤੇਲ, ਸਰੋਂ, ਸੂਰਜਮੁਖੀ ਇਤਿਆਦਿਕ ਇਹਨਾਂ ਚੀਜ਼ਾਂ ਦਾ ਤੇਲ ਕੱਢਣ ਵਾਸਤੇ ਜਿਹੜਾ ਸਾਧਨ ਵਰਤਿਆ ਜਾਂਦਾ ਸੀ ਉਹਨੂੰ ਕੋਲੂ ਕਹਿੰਦੇ ਸਨ। ਅੱਜ ਕੱਲ੍ਹ ਤਾਂ ਇਲੈਕਟ੍ਰੋਨਿਕ ਮਸ਼ੀਨਾਂ ਆ ਗਈਆਂ ਹਨ। ਉਹ ਕੋਲੂ ਨੂੰ ਗੇੜਨ ਵਾਸਤੇ ਬਲਦਾਂ ਦੀ ਸਹਾਇਤਾ ਲਈ ਜਾਂਦੀ, ਉਹ ਉੱਥੇ ਉੱਥੇ ਘੁੰਮਦੇ ਰਹਿੰਦੇ, ਕੋਲੂ ਗਿੜਦਾ ਰਹਿੰਦਾ। ਚਰਖਾ ਸੂਤ ਕੱਤਣ ਵਾਸਤੇ, ਰੂੰ ਕੱਤਣ ਵਾਸਤੇ ਚਰਖਾ ਵੀ ਲਗਾਤਾਰ ਘੁੰਮਦਾ।
ਚੱਕੀ, ਹੱਥ ਵਾਲੀ ਚੱਕੀ ਜਿਹਦੇ ਵਿੱਚ ਦਾਲਾਂ ਆਟਾ ਆਦਿਕ ਪੀਸਿਆ ਜਾਂਦਾ ਸੀ, ਉਹ ਵੀ ਘੁੰਮਦੀ ਹੈ। ਚੱਕ, ਘੁਮਿਆਰ ਦਾ ਚੱਕ ਜਿਹਦੇ ਉੱਤੇ ਉਹ ਭਾਂਡੇ ਘੜਦਾ ਹੈ, ਮਿੱਟੀ ਦੇ ਭਾਂਡੇ ਬਣਾਉਂਦਾ, ਥਾਪਦਾ, ਉਹਨੂੰ ਚੱਕ ਕਹਿੰਦੇ ਨੇ। ਥਲ ਵਰੋਲੇ, ਜ਼ਮੀਨ ਦੇ ਉੱਤੇ ਉੱਠਣ ਵਾਲੇ ਹਵਾ ਦੇ ਵਰੋਲੇ, ਗੋਲ ਗੋਲ ਚੱਕਰ, ਬਹੁਤ ਅਨੰਤ ਅਨੇਕਾਂ ਪ੍ਰਕਾਰ ਨਾਲ ਧਰਤੀ ਦੇ ਉੱਤੇ ਹਵਾ ਦੇ ਵਰੋਲੇ ਬਣਦੇ ਹਨ। ਲਾਟੂ ਮਾਧਾਣੀਆਂ ਅਨੰਗਾ ਭੰਬੀਰੀਆਂ ਪਾਉਂਦੀਆਂ ਹਨ, ਚਾਟੀਆਂ ਵਿੱਚ ਪਈਆਂ ਹੋਈਆਂ ਮਧਾਣੀਆਂ ਘੁੰਮਦੀਆਂ ਹਨ। ਅਨਗਾ ਫਲੇ, ਪੁਰਾਣੇ ਸਮੇਂ ਵਿੱਚ ਫਲਿਆਂ ਨਾਲ ਅਨਾਜ ਵੱਖ ਵੱਖ ਕੀਤਾ ਜਾਂਦਾ ਸੀ, ਉਹਨੂੰ ਅਨਗਾ ਲਿਖਿਆ, ਅੰਨ ਨੂੰ ਗਾਉਣਾ, ਫਲੇ ਚਲਾਉਣੇ। ਸਤਿਗੁਰੂ ਕਹਿੰਦੇ ਨੇ ਪੰਖੀ ਪਾਉਂਦੀਆਂ ਲੈਣ ਨਾ ਸਾਹ। ਇੱਥੇ ਪੰਖੀ ਇਸਤਰੀ ਲਿੰਗ ਕਰਕੇ ਵਰਤਿਆ। ਸਤਿਗੁਰੂ ਕਹਿੰਦੇ ਨੇ ਜਿਵੇਂ ਪੰਛੀ ਵੀ ਹਵਾ ਆਪਣੇ ਪੰਖਾਂ ਨਾਲ ਉੱਡਦੇ ਨੇ, ਹੱਥ ਵਾਲੀਆਂ ਪੱਖੀਆਂ ਜਿਹੜੀਆਂ ਨੇ ਉਹ ਘੁੰਮਦੀਆਂ ਨੇ, ਪੁਰਾਣੀਆਂ ਹੱਥ ਵਾਲੀਆਂ ਪੱਖੀਆਂ ਹਵਾ ਚੱਲਣ ਵਾਸਤੇ। ਸਤਿਗੁਰੂ ਕਹਿੰਦੇ ਸੂਏ ਚਾੜ ਪਵਾਈਆਂ ਜੰਤ, ਸੂਲੀ 'ਤੇ ਚਾੜ ਕੇ ਜੀ ਪਵਾਏ ਜਾਂਦੇ। ਕਿਸੇ ਨੇ ਕੋਈ ਕਿਸੇ ਰਾਜ ਵਿੱਚ ਗੁਨਾਹ ਕੀਤਾ ਅਤੇ ਉਹਨੂੰ ਸੂਲੀ 'ਤੇ ਚਾੜਨ ਦੀ ਸਜ਼ਾ ਮਿਲੀ, ਉਹਨੂੰ ਸੂਲੀ 'ਤੇ ਚਾੜ ਕੇ ਫਿਰ ਉਹਨੂੰ ਘੁਮਾਇਆ ਜਾਂਦਾ ਸੀ ਅਤੇ ਉਹਦੀ ਮੌਤ ਹੁੰਦੀ, ਉਹਨੂੰ ਸਜ਼ਾ ਮਿਲਦੀ। ਨਾਨਕ ਪਾਉਂਦਿਆਂ ਗਣਤ ਨਾ ਅੰਤ, ਘੁੰਮਣ ਵਾਲੀਆਂ ਭਟਕਣ ਵਾਲੀਆਂ ਚੀਜ਼ਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਇੰਨਾ ਕੁਝ ਇਸ ਕੁਦਰਤ ਵਿੱਚ, ਕੋਈ ਚੀਜ਼ ਕਿਸੇ ਪਾਸੇ ਚੱਕਰ ਕੱਟ ਰਹੀ ਹੈ, ਕੋਈ ਚੀਜ਼ ਕਿਤੇ ਘੁੰਮ ਰਹੀ ਹੈ, ਕੋਈ ਕਿਤੇ ਲਗਾਤਾਰ ਕਿਰਿਆ ਦੇ ਵਿੱਚ ਹੈ, ਜੇ ਇਹ ਘੁੰਮਣਾ ਟੱਪਣਾ ਇਹੀ ਭਗਤੀ ਹੈ ਤਾਂ ਫਿਰ ਆ ਸਾਰੀਆਂ ਚੀਜ਼ਾਂ ਤਾਂ ਫਿਰ ਆਟੋਮੈਟਿਕਲੀ ਭਗਤੀ ਕਰ ਰਹੀਆਂ ਨੇ। ਬੰਧਨ ਬੰਧ ਪਵਾਏ ਸੋਏ, ਜੀਵ ਵੀ ਬੰਧਨਾਂ ਦੇ ਬੱਝੇ ਹੋਏ ਭਟਕ ਰਹੇ ਹਨ, ਮਨ ਨੂੰ ਬੰਧਨ ਪਏ ਹੋਏ ਨੇ, ਉਹਦੇ ਮੁਤਾਬਕ ਹੀ ਭਟਕ ਰਹੇ ਨੇ। ਮਨ ਵਿੱਚ ਜਿਹੋ ਜਿਹਾ ਭਾਵ ਆਉਂਦਾ ਉਹਦੇ ਮੁਤਾਬਕ ਵਿਚਾਰੇ ਕਿਰਿਆ ਕਰੀ ਜਾਂਦੇ ਨੇ, ਉੱਥੇ ਉੱਥੇ ਹੀ ਉਲਝੀ ਜਾਂਦੇ ਨੇ, ਮਨ ਜਿੱਥੇ ਉਲਝਾਈ ਜਾਂਦਾ ਹੈ। ਪੈ ਕਿਰਤ ਨੱਚੈ ਸਭ ਕੋਏ, ਜੇ ਨੱਚਣਾ ਹੀ ਹੈ ਤਾਂ ਸਤਿਗੁਰੂ ਕਹਿੰਦੇ ਇੱਕ ਨਾਚ ਹੋਰ ਵੇਖੋ ਖਾਂ, ਆਪਣੇ ਬਣੇ ਸੰਸਕਾਰਾਂ ਮੁਤਾਬਕ ਬੰਦਾ ਨੱਚ ਰਿਹਾ। ਕੋਈ ਇਸ਼ਾਰਾ ਹੈ, ਕੋਈ ਤਾਲ ਖੜਕ ਰਿਹਾ ਹੈ, ਜਿੱਥੋਂ ਸੇਧ ਮਿਲ ਕੇ ਮਨੁੱਖ ਉਹ ਜਿਹੀ ਕਾਰਜ ਕਰਦਾ, ਜਾਨੀ ਅੰਦਰ ਸੰਸਕਾਰਾਂ ਦੇ ਬਣੇ ਹੋਏ ਸੁਭਾਅ ਮੁਤਾਬਕ ਬੰਦਾ ਉੱਥੇ ਉਹਦੇ ਮੁਤਾਬਕ ਹੀ ਕਾਰਜ ਕਰਦਾ, ਉਹਨੂੰ ਨੱਚਣਾ ਕਿਹਾ। ਜਿਹੋ ਜਿਹੇ ਸਾਡੇ ਸੁਭਾਅ ਪੱਕ ਗਏ ਨੇ, ਅਸੀਂ ਆਪਣੇ ਸੁਭਾਅ ਮੁਤਾਬਕ ਉਹ ਕਾਰਜ ਲਗਾਤਾਰ ਕਰੀ ਜਾ ਰਹੇ ਬਿਨਾਂ ਕਿਸੇ ਪ੍ਰਵਾਹ ਦੇ। ਮਹਾਰਾਜ ਕਹਿੰਦੇ ਨੇ ਨੱਚ ਨੱਚ ਹੱਸੈ ਚੱਲੈ ਸੇ ਰੋਏ। ਇਹ ਜਿਹੜੀ ਵਿਖਾਵੇ ਵਾਲੀ ਕਿਰਿਆ ਹੈ, ਕਰਮ ਕਾਂਡ ਹੈ, ਨੱਚਣਾ ਹੱਸਣਾ, ਪਰ ਅਜਿਹੇ ਜੀਵ ਆਪਣੇ ਜੀਵਨ ਦਾ ਫਰਜ਼ ਅਸਲ ਧਰਮ ਭੁੱਲ ਕੇ ਚੱਲੈ ਸੇ ਰੋਏ, ਇਸ ਜਹਾਨ ਨੂੰ ਰੋਂਦੇ ਹੀ ਤੁਰਦੇ ਨੇ। ਜਿਹੜੇ ਉਸ ਵੇਲੇ ਨਾਟਸ਼ਾਲਾ 'ਚ ਹੱਸ ਰਹੇ ਨੇ, ਸਾਂਗ ਨਕਲਾਂ ਲਾਰ, ਉਹਨਾਂ ਨੂੰ ਥੋੜ੍ਹਾ ਚਿਰ ਬਾਅਦ ਵਿੱਚ ਪੁੱਛੋ, ਤੁਹਾਨੂੰ ਉਹਨਾਂ ਦੇ ਅੰਦਰ ਦੇ ਦਰਦ ਦੁੱਖ ਦਿਸ ਪੈਣਗੇ। ਅੰਦਰੋਂ ਸੰਤੁਸ਼ਟ ਨਹੀਂ ਹਨ, ਬਾਹਰੋਂ ਬਸ ਉਲਝੇ ਹੋਏ ਹਨ, ਸਾਰੇ ਵੇਖਣ ਵਾਲੇ ਵੀ ਕਰਨ ਵਾਲੇ ਵੀ। ਉੱਡ ਨਾ ਜਾਹੀ ਸਿੱਧ ਨਾ ਹੋਏ,
ਇਹੋ ਜਿਹੇ ਕਰਮ ਕਾਂਡ ਕਰਨ ਔਰ ਵੇਖਣ ਵਾਲੇ ਨਾ ਤਾਂ ਇਹਦੇ ਨਾਲ ਕੋਈ ਉੱਚੀ ਜੀਵਨ ਅਵਸਥਾ ਹਾਸਲ ਕਰ ਸਕਦੇ ਨੇ, ਨਾ ਹੀ ਉਹ ਉਹਨਾਂ ਦੁੱਖਾਂ ਤੋਂ ਛੁਟਕਾਰਾ ਪਾ ਸਕਦੇ ਨੇ ਜਿਹਨਾਂ ਨੂੰ ਉਹ ਝੇਲ ਰਹੇ ਨੇ ਮਨ ਕਰਕੇ, ਆਤਮਾ ਕਰਕੇ, ਜੀਵਨ ਕਰਕੇ। ਜਾਨੀ ਸਮੱਸਿਆਵਾਂ ਦਾ ਹੱਲ ਇਹ ਨਹੀਂ, ਇਹਨਾਂ ਨਾਲ ਨਾ ਤਾਂ ਕੋਈ ਜੀਵਨ ਵਿੱਚ ਸਫਲਤਾ ਮਿਲਦੀ ਹੈ ਨਾ ਦੁੱਖਾਂ ਤੋਂ ਛੁਟਕਾਰਾ ਹੁੰਦਾ ਹੈ। ਬਲਕਿ ਹਜ਼ੂਰ ਕਹਿੰਦੇ ਨੇ ਨੱਚਣ ਕੁੱਦਣ ਮਨ ਕਾ ਚਾਓ। ਇਹ ਤਾਂ ਜਿਹੜਾ ਨੱਚਣ ਕੁੱਦਣ ਹੈ ਲੋਕ ਕਰਦੇ ਨੇ, ਅਸੀਂ ਕਦੇ ਉੱਧਰ ਵੇਖਦੇ ਸਾਂ, ਫਿਰ ਦੂਜੇ ਪਾਸੇ ਹਾਲ ਪਾਉਣ ਵਾਲੇ ਫਕੀਰਾਂ ਦੀ ਵੀ ਇੱਕ ਕਿਸਮ ਹੈ ਵੀ ਉਹ ਨੱਚਦੇ ਨੇ, ਸੁੱਧ ਬੁੱਧ ਭੁੱਲ ਜਾਂਦੇ ਨੇ, ਡਿੱਗ ਪੈਂਦੇ ਨੇ, ਬੁਰੇ ਹਾਲ ਹੁੰਦੇ ਨੇ। ਹੁਣ ਉਹ ਚੀਜ਼ਾਂ ਸਾਡੇ 'ਚ ਵੀ ਆ ਗਈਆਂ। ਕਾਫੀ ਸਮਾਂ ਪਹਿਲਾਂ ਤੋਂ 2-4 ਐਸੀਆਂ ਘਟਨਾਵਾਂ ਘਟੀਆਂ, ਨਗਰ ਕੀਰਤਨ 'ਚ ਲੋਕ ਨੱਚ ਰਹੇ ਬੈਂਡ ਵਾਜਿਆਂ ਨਾਲ, ਅੱਗੇ ਅੱਗੇ ਉਹ ਨੱਚ ਰਹੇ ਸਨ। ਇਸ ਤਰ੍ਹਾਂ ਦੀਆਂ ਵੀ ਘਟਨਾਵਾਂ ਵਾ, ਕਿਉਂਕਿ ਅਸੀਂ ਦੂਜਿਆਂ ਵੱਲ ਵੇਖਿਆ ਤਾਂ ਉਹੀ ਕਰਨ ਲੱਗ ਪਏ। ਸਤਿਗੁਰੂ ਦੀ ਬਾਣੀ ਦਾ ਅਮਲ ਔਰ ਸੂਝ ਇੰਨੀ ਜ਼ਰੂਰੀ ਹੈ ਵੀ ਅਸੀਂ ਬਚੇ ਰਹਿ ਸਕੀਏ ਉਹਨਾਂ ਚੀਜ਼ਾਂ ਤੋਂ ਜਿਨ੍ਹਾਂ ਤੋਂ ਸਤਿਗੁਰੂ ਨੇ ਸਾਨੂੰ ਸੁਚੇਤ ਕੀਤਾ। ਅਸੀਂ ਉਹਨੂੰ ਭਗਤੀ ਸਮਝਣ ਦੀ ਗੁਸਤਾਖੀ ਕਰਾਂਗੇ, ਐਸਾ ਵੀ ਵਾਪਰਿਆ। ਸੁੱਧ ਬੁੱਧ ਭੁੱਲ ਜਾਣੀ, ਉੱਚੇ ਉੱਠ ਕੇ ਡਿੱਗਣਾ, ਚੀਕਾਂ ਮਾਰਨ ਲੱਗ ਜਾਣਾ, ਇਹ ਕਿਸੇ ਮਨੁੱਖ ਦੀ ਆਪਣੀ ਮਨੋਵਸਥਾ ਹੋ ਸਕਦੀ ਹੈ, ਪਰ ਜੇ ਕੋਈ ਆਖੇ ਵੀ ਵਾਹ ਵਾਹ ਇਹਦੇ 'ਤੇ ਬੜਾ ਰੰਗ ਚੜ ਗਿਆ, ਰੰਗ ਰੂੰ ਕੋਈ ਨਹੀਂ ਚੜਿਆ, ਉਹਦੇ ਮਨ ਦੀਆਂ ਗੁੰਝਲਾਂ ਨੇ। ਨਹੀਂ ਤਾਂ ਹਜ਼ੂਰ ਬਾਣੀ 'ਚ ਇਹ ਕਿਉਂ ਕਹਿੰਦੇ ਨੱਚੇ ਟੱਪੇ ਭਗਤ ਨਾ ਹੋਏ, ਵੀ ਇਸ ਤਰ੍ਹਾਂ ਟੱਪਣ ਨਾਲ, ਨੱਚਣ ਨਾਲ, ਚੀਕਾਂ ਚਾਂਗਰਾਂ ਮਾਰਨ ਨਾਲ ਕੋਈ ਭਗਤੀ ਨਹੀਂ ਹੁੰਦੀ। ਭਗਤੀ ਦਾ ਗਹਿਰਾ ਸੰਬੰਧ ਸਾਡੀ ਸੁਰਤ ਨਾਲ ਹੈ, ਸਾਡੇ ਮਨ ਨਾਲ ਹੈ, ਸਾਡੇ ਕਰਮ ਨਾਲ ਹੈ, ਕਿਸੇ ਪਲ ਭਰ ਦੇ ਐਕਸ਼ਨ ਨਾਲ ਨਹੀਂ ਹੈ। ਜਿਹੜਾ 2 ਮਿੰਟ 'ਚ ਜਿਹੜਾ ਐਕਸ਼ਨ ਮੁੱਕ ਗਿਆ ਆਪਾਂ ਉਹਨੂੰ ਕਹਿੰਦੇ ਜੀ ਵੇਖੋ ਵੇਖੋ ਕਿਆ ਭਗਤੀ ਹੈ, ਉਹ ਤਾਂ 2-4 ਮਿੰਟਾਂ ਦੀ ਖੇਡ ਹੈ। ਚੀਕਾਂ ਮਾਰੇਗਾ ਕਿੰਨੀਆਂ ਕੁ ਮਾਰੇਗਾ, ਉਹ 5 ਮਿੰਟ ਮਾਰ ਲਏਗਾ, 10 ਮਿੰਟ ਮਾਰ ਲਏਗਾ, ਕਿੰਨਾ ਟੱਪ ਲਏਗਾ, 5 ਮਿੰਟ, ਅੱਧਾ ਘੰਟਾ, ਕਿੰਨਾ ਕੁ ਚਿਰ ਬੇਸੁੱਧ ਪਿਆ ਰਹੇਗਾ, ਬੇਸੁਰਤ, ਉਦੋਂ ਮਗਰੋਂ, ਉਦੋਂ ਉਹਨੂੰ ਤਾਂ ਉਸ ਹਾਲਤ ਵਿੱਚ ਆਪਾਂ ਕਹਿੰਦੇ ਜੀ ਵਾਹ ਵਾਹ ਬੜਾ ਰੰਗ 'ਚ, ਮਗਰੋਂ ਉਹ ਰੰਗ ਕਿੱਥੇ ਗਿਆ। ਉਹ ਇੱਕ ਪਲ ਭਰ ਦੀ ਮਾਨਸਿਕ ਖੇਡ ਹੁੰਦੀ ਹੈ। ਜੀਵਨ ਜਿਹੜਾ ਅਸੀਂ ਜੀਨੇ ਉਹ ਵਿਹਾਰ ਨਾਲ ਜੀਨੇ ਅਤੇ ਉਹ ਸਦਾ ਹੀ ਸਾਡੇ ਨਾਲ ਰਹਿੰਦਾ, ਭਗਤੀ ਦਾ ਅਸਰ ਉੱਥੇ ਪੈਣਾ। ਸੋ ਸਤਿਗੁਰੂ ਕਹਿੰਦੇ ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ, ਨੱਚਣ ਕੁੱਦਣ ਮਨ ਕਾ ਚਾਓ। ਇਹ ਮਨ ਦੇ ਸ਼ੁਗਲ ਨੇ, ਮਨ ਦੀਆਂ ਉਤੇਜਨਾਵਾਂ ਨੇ, ਉਹਨਾਂ ਨੂੰ ਆਪਾਂ ਪ੍ਰਗਟ ਕਰ ਲੈਂਦੇ ਹਾਂ। ਪਰ ਸਤਿਗੁਰੂ ਕਹਿੰਦੇ ਨਾਨਕ ਜਿਨ ਮਨ ਭਾਓ, ਭਾਓ ਦਾ ਅਰਥ ਹੈ ਅਦਬ, ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਅਦਬ ਹੈ, ਪਰਮੇਸ਼ਰ ਦਾ ਭੈ ਹੈ, ਡਰ ਹੈ, ਤਿਨਾ ਮਨ ਭਾਓ, ਉਹਨਾਂ ਦੇ ਅੰਦਰ ਹੀ ਰੱਬ ਦਾ ਪਿਆਰ ਟਿਕਦਾ, ਉਹ ਹੀ ਸਾਰਾ ਜੀਵਨ ਪਰਮੇਸ਼ਰ ਦੇ ਪਿਆਰ ਵਿੱਚ ਬਤੀਤ ਕਰਦੇ ਨੇ। ਔਰ ਉਹਦੇ ਪਿਆਰ ਦੀ ਨਿਸ਼ਾਨੀ ਇਹ ਹੈ ਵੀ ਉਹ ਸਦਾ ਹੀ ਉਸ ਮਾਲਕ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣਦੇ ਨੇ, ਉਹਦੀ ਵੱਡੀ ਇਸ ਪਸਾਰੇ, ਇਸ ਕੁਦਰਤ ਵਿੱਚੋਂ ਉਸ ਨੂੰ ਪਲ ਪਲ
ਕਿਰਿਆਸ਼ੀਲ ਵੇਖਦੇ ਨੇ, ਸਾਰੀ ਕਾਇਨਾਤ ਨੂੰ ਉਹਦੇ ਭੈ ਵਿੱਚ ਮਹਿਸੂਸ ਕਰਦੇ ਨੇ ਔਰ ਉਹਨਾਂ ਨੂੰ ਉਹਦੇ ਹੁਕਮ ਦੀ ਸਮਝ ਪੈਂਦੀ ਹੈ। ਇਹ ਉਹਦੇ ਪ੍ਰੇਮ ਦਾ ਪ੍ਰਭਾਵ ਹੈ। ਸਤਿਗੁਰੂ ਮਿਹਰ ਕਰਨ, ਜੋ ਵਿਆਖਿਆ ਮਹਾਰਾਜ ਨੇ ਪੌੜੀ ਵਿੱਚ ਦਿੱਤੀ ਉਸ ਨੂੰ ਅਗਲੇ ਦੀਵਾਨ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਭੁੱਲ ਚੁੱਕ ਦੀ ਖਿਮਾ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।